ਕਈ ਬੜੀਆਂ ਗਰਮ ਗੱਲਾਂ ਕਰਨਗੇ ਕਥਾ 'ਚ, ਔਰ ਕਈ ਵਾਰ ਉਹ ਮਹਿਸੂਸ ਵੀ ਕਰਾਉਣਗੇ ਵੀ ਬਾਬਾ ਜਰਨੈਲ ਸਿੰਘ ਤੋਂ ਬਾਅਦ ਇਹੋ ਹੀ ਰਹਿ ਗਿਆ। ਗਰਮ ਗੱਲਾਂ ਕਰਨੀਆਂ ਔਖੀਆਂ ਨਹੀਂ, ਇਹ ਬੜੀਆਂ ਅਸੀਂ ਕਰ ਲੈਂਦੇ ਹਾਂ ਸਟੇਜਾਂ 'ਤੇ, ਪਰ ਇਸ ਚੋਲੇ ਦੇ ਅੰਦਰ ਬਾਬਾ ਜਰਨੈਲ ਸਿੰਘ ਵਾਂਗੂ ਬਾਣੀ ਦੀ ਤਪਸ਼ ਪੈਦਾ ਕਰਨ ਵਾਲੇ ਨਹੀਂ ਲੱਭਦੇ ਬਹੁਤੇ। 101 ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸੁਖਾਲਾ ਕੰਮ ਨਹੀਂ ਹੈ। ਸਪੀਚ ਗਰਮ ਤੇ ਲੀਡਰ ਵੀ ਬੜੀ ਕਰਦੇ ਨੇ, ਸੰਤ ਦੀ ਅਵਸਥਾ ਹੋਰ ਹੈ, ਸੰਤ ਦੀ ਅਵਸਥਾ ਹੋਰ ਹੈ। ਇਹ ਜ਼ਬਾਨ ਨਾਲ ਵਾਕ ਛਲ ਤੇ ਬੜੇ ਪ੍ਰਚਾਰਕ ਕਰ ਲੈਂਦੇ ਨੇ, ਬੜਾ ਸ਼ਬਦ ਜਾਲ ਹੈ ਸਾਡੇ ਕੋਲ, ਤੁਹਾਡੇ ਕੋਲ, ਲੀਡਰਾਂ ਕੋਲ ਵੀ ਬੜਾ ਹੈ, ਪਰ ਅੰਦਰੋਂ ਤਪਸ਼ ਕਿੱਥੋਂ ਲਿਆਈਏ? ਗੁਰੂ ਨਾਨਕ ਦੇ ਪ੍ਰਤੀ ਉਹ ਪ੍ਰੇਮ ਕਿੱਥੋਂ ਲਿਆਈਏ? ਇਹ ਵਿਰਲੇ ਹੁੰਦੇ ਨੇ ਐਸੇ ਮਹਾਂਪੁਰਸ਼ ਜਿਨ੍ਹਾਂ ਕੋਲ ਅਵਸਥਾ ਹੈ, ਜਿਹੜੇ ਇਉਂ ਜੁੜੇ ਨੇ ਜਿਵੇਂ ਮਾਂ ਬੱਚੇ ਨਾਲ ਜੁੜੀ ਹੋਈ ਨੇ, ਬੜੇ ਵਿਰਲੇ ਹੁੰਦੇ ਨੇ। ਅੱਜ ਕੱਲ੍ਹ ਵੀ ਬੜੇ ਕਈ ਗੱਲਾਂ ਕਰਦੇ ਨੇ, ਕੌਮ ਦੇ ਅਸੀਂ ਆਗੂ, ਅਸੀਂ ਸੱਚ ਦੇ ਪ੍ਰਚਾਰਕ। ਹੈਰਾਨੀ ਮੈਨੂੰ ਇਸ ਗੱਲ ਦੀ ਹੈ, ਬਾਣੀ ਤੇ ਕਹਿੰਦੀ ਹੈ ਵੀ ਆਪਸ ਕਹੋ ਜੋ ਜਾਣੈ ਨੀਚਾ ਸਊ ਗਣੀਐ। ਇਹ ਨਵਾਂ ਕੰਮ ਚੱਲ ਪਿਆ, ਇਹ ਆਉਂਦੇ ਨੇ ਅਸੀਂ ਉੱਚੇ ਹਾਂ ਬਾਕੀ ਸਾਰੀ ਦੁਨੀਆ ਨੀਵੀਂ, ਅਸੀਂ ਸੱਚ ਦੇ ਪ੍ਰਚਾਰ। ਸੱਚੀਆਂ ਸੱਚੀਆਂ ਗੱਲਾਂ ਕੀ ਨੇ? ਇਤਿਹਾਸ ਨੂੰ ਕਹਿੰਦੇ ਅਸੀਂ ਨਹੀਂ ਮੰਨਦੇ, ਬਾਣੀ ਨੂੰ ਅਸੀਂ ਨਹੀਂ ਮੰਨਦੇ, ਖੰਡੇ ਦੀ ਪੌਲ ਨੂੰ ਅਸੀਂ ਨਹੀਂ ਮੰਨਦੇ, ਗੁਰੂ ਗੋਬਿੰਦ ਸਿੰਘ ਨੂੰ ਅਸੀਂ ਨਹੀਂ ਮੰਨਦੇ, ਤੇ ਸੱਚ ਕਾ ਇਹ ਸੱਚ ਹੈ ਕੋਈ? ਇਹ ਝੱਖਾਂ ਹੀ ਨੇ ਜਿੰਨੀਆਂ ਮਰਜ਼ੀ ਮਾਰ ਲੈਣ, ਔਰ ਇਹ ਝੱਖਾਂ ਮਾਰਨ ਵਾਲੇ ਮੈਂ ਲੱਖਾਂ ਤੋਂ ਕੱਖਾਂ ਵਿੱਚ ਰੁਲਦੇ ਵੇਖੇ ਨੇ, ਤੇ ਤੁਸੀਂ ਗਾਂਹ ਵੀ ਵੇਖੋਗੇ। ਚੋਲਾ ਤੇ ਸੰਤਾਂ ਵਾਲਾ ਸੀ, ਪਰ ਅੰਦਰੋਂ ਤਰਕ ਪੈਦਾ ਹੋ ਗਈ ਹੈ, ਔਰ ਸੰਤ ਤੇ ਹੁੰਦੇ ਨੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬੱਪਰੀ ਸੰਤੀ ਛਲੀ। ਸੰਤ ਤੇ ਜ਼ੁਬਾਨ ਦੇ ਪੱਕੇ ਹੁੰਦੇ ਨੇ। ਅੱਜ ਕੱਲ੍ਹ ਜਿਹੜੇ ਕਹਿੰਦੇ ਅਸੀਂ ਸੱਚ ਦੀ ਗੱਲ ਕਰਦੇ ਹਾਂ, ਸੰਤ ਤੇ 1.5 ਲੱਖ ਦੇ ਘੇਰੇ ਵਿੱਚ ਪਿੱਛੇ ਕਦਮ ਨਹੀਂ ਰੱਖਦੇ, ਪੁਰਜਾ ਪੁਰਜਾ ਕੱਟ ਮਰੇ ਵਾਲੀ ਖੇਡ ਹੈ। ਇੱਥੇ ਦੇ 36 ਅਰਦਾਸਾਂ ਨੇ ਤੇ 36 ਵਾਰ ਮੈਂ ਭੱਜਦੇ ਵੇਖੇ ਨੇ, ਚੋਲਾ ਤੇ ਉਹਨਾਂ ਵੀ ਸੰਤਾਂ ਵਾਲਾ ਪਾਇਆ ਹੈ, ਮੇਰੇ ਵਾਂਗੂ ਪਾਇਆ ਹੈ, ਚੋਲਾ ਤੇ ਮੈਂ ਵੀ ਪਾ ਕੇ ਬੈਠਾ। ਹੁਣ ਬਾਬਾ ਜਰਨੈਲ ਸਿੰਘ ਚੋਲੇ 'ਚੋਂ ਕਿੱਥੋਂ ਕੱਢ ਲਓਗੇ ਤੁਸੀਂ? ਬਾਬਾ ਜਰਨੈਲ ਸਿੰਘ ਦੀ ਉਪਾਧੀ, ਮਹਾਂਪੁਰਸ਼ਾਂ ਦੀ ਉਪਾਧੀ, ਬਾਬਾ ਪਰਮਜੀਤ ਸਿੰਘ ਵਾਲੀ ਉਪਾਧੀ, ਬ੍ਰਹਮ ਵੇਤੇ ਸੰਤ ਅਤਰ ਸਿੰਘ ਵਾਲੀ ਉਪਾਧੀ, ਉਹਦੇ ਲਈ ਜੀਵਨ ਇਹ ਚਾਹੀਦਾ ਹੈ, ਉਹਦੇ ਲਈ ਪ੍ਰੀਤੀ ਐਸੀ ਚਾਹੀਦੀ ਹੈ ਜੈਸੀ ਭੁੱਖੇ ਦੇ ਅੰਦਰ ਅਨਾਜ ਲਈ ਹੈ, ਜੈਸੀ ਮੱਛੀ ਦੇ ਅੰਦਰ ਪਾਣੀ ਦੇ ਲਈ ਹੈ। ਜੇ ਤੇ ਕਿਸੇ ਚੰਮ ਦੇ ਲਿਫਾਫੇ ਅੰਦਰ ਐਸੀ ਪ੍ਰੀਤੀ ਹੈ ਤੇ ਉਹ ਗੁਰੂ ਨਾਨਕ ਨਿਰੰਕਾਰੀ ਦਾ ਸੰਤ ਹੈ, ਨਹੀਂ ਤੇ ਲੋਕ ਤੇ ਗਾਉਣ ਵਾਲਿਆਂ ਨੂੰ ਵੀ ਸੰਤ ਬਣਾਈ ਬੈਠੇ ਨੇ। ਤੇ ਮੈਂ ਹੈਰਾਨ ਰਹਿ ਜਾਂਦਾ ਵੀ ਸੰਤ ਤੇ ਜੋੜਦੇ ਨੇ, ਸੰਤ ਵਿਕਾਰਾਂ ਤੋਂ ਰਹਿਤ ਨੇ, ਤੇ ਪਿੱਛੇ ਜੇ ਇੱਕ ਫਿਲਮਾਂ ਬਣਾਉਂਦਾ ਸੀ ਅਸੀਂ ਉਹਨੂੰ ਵੀ ਸੰਤ ਬਣਾ ਦਿੰਦੇ ਹਾਂ, ਕਿ ਕਿੱਥੇ ਜਾਵਾਂਗੇ ਦੱਸੋ? ਅਸੀਂ ਨੇ ਥੋੜ੍ਹਾ ਜਿਹਾ ਸੋਚੋ ਨਾ, ਸੰਤ ਤੇ ਵਿਕਾਰਾਂ ਤੋਂ ਰਹਿਤ ਨੇ, ਕੰਮ ਹੀ ਨਹੀਂ ਤੇ ਕੋਈ ਬੀਬੀਆਂ ਨਾ ਨੱਚੇ ਅਸੀਂ ਸੰਤ ਕਹਿ ਦਿੰਦੇ ਹਾਂ। ਸੰਤ ਜਿਹੜਾ ਹੈ ਉਹਦੇ 'ਚ ਤੇ ਵਿਕਾਰ ਨੇੜੇ ਨਹੀਂ ਨੇ, ਉਹਦੇ ਤੋਂ ਤੇ ਵਿਕਾਰ ਇੱਦਾਂ ਦੂਰ ਨੇ ਜਿਵੇਂ ਸੱਚ ਤੋਂ ਝੂਠ ਦੂਰ ਰਹਿੰਦਾ ਹੈ। ਸੱਚ ਤੇ ਝੂਠ ਦਾ ਕੀ ਸੁਮੇਲ ਹੈ? ਗਿੱਦੜ ਦਾ ਸ਼ੇਰ ਦੇ ਨਾਲ ਕੀ ਮੇਲ ਹੈ? ਰੱਬ ਦਾ ਵਾਸਤਾ ਹੈ। ਇੱਥੇ ਹੈੱਡ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ ਇੱਕ ਬਚਨ ਕਰ ਰਹੇ ਸਨ ਤੁਹਾਡੇ ਨਾਲ ਵੀ ਕਬੀਰ ਜੀ ਨੇ ਦੋਵੇਂ ਪੱਖ ਰੱਖੇ ਨੇ, ਕੱਚ ਕੀ ਹੈ ਤੇ ਹੀਰਾ ਕੀ ਹੈ। ਹੁਣ ਵੇਖਣ ਨੂੰ ਕੱਚ ਤੇ ਹੀਰਾ ਇੱਕੇ ਐਲੀਮੈਂਟ ਤੋਂ ਬਣੇ ਲੱਗਦੇ ਨੇ, ਦੋਵਾਂ ਦੀ ਥੋੜ੍ਹੀ ਜਿਹੀ ਚਮਕ ਹੈ, ਪਰ ਕੱਚ ਦਾ ਸੁਭਾਅ ਹੈ, ਕੱਚ ਨੂੰ ਜੱਫੀ ਪਾਈਏ ਤੇ ਚੁੱਭਦਾ ਹੈ, ਜ਼ਖਮ ਕਰਦਾ ਹੈ, ਹੀਰੇ ਨੂੰ ਅੰਗੋਸ਼ 'ਚ ਲੈ ਲਈਏ ਤੇ ਮਾਲੋ ਮਾਲ ਕਰ ਦਿੰਦਾ ਹੈ। ਸੰਤ ਤੇ ਸਾਕਤ ਦੋਵੇਂ ਨੇ ਦੁਨੀਆਂ ਤੇ, ਹੋ ਸਕਦਾ ਹੈ ਕਈ ਵਾਰ ਲਿਬਾਸ ਵੀ ਇੱਕੋ ਪਾ ਲੈਣ। ਹੀਰਾ ਉਹ ਹੈ ਜਿਹਦੇ ਅੰਦਰ ਗੁਰੂ ਨਾਨਕ ਨਿਰੰਕਾਰੀ ਦੇ ਪ੍ਰਤੀ ਐਸੀ ਭੁੱਖ ਹੈ ਜੈਸੀ ਬੱਚੇ ਅੰਦਰ ਦੁੱਧ ਦੀ ਭੁੱਖ ਹੈ, ਜਿਵੇਂ ਮੱਛੀ ਅੰਦਰ ਪਾਣੀ ਦੀ ਭੁੱਖ ਹੈ। ਸੰਤ ਉਹ ਹੈ, ਸੱਚਾ ਉਹ ਹੈ, ਔਰ ਇਹ ਨਿਰਣਾ ਸੰਗਤ ਨੇ ਦੱਸਣਾ ਹੁੰਦਾ ਵੀ ਸੱਚਾ ਕੌਣ ਹੈ ਝੂਠਾ ਕੌਣ। ਅਸੀਂ ਆਪੇ ਹੀ ਲੱਗੇ ਰਹੇ ਨੇ, ਮੈਂ ਸੱਚ ਬੋਲਦਾ ਜੀ ਹੋਰ ਸਾਰੇ ਝੂਠੇ। ਮੈਂ ਹੈਰਾਨ ਇਸ ਗੱਲ ਤੋਂ ਹਾਂ ਤੇ ਨਾਲ ਆਖਣਗੇ ਅਸੀਂ ਸੱਚ ਦੇ ਪ੍ਰਚਾਰਕ ਸਾਨੂੰ ਲੱਖਾਂ ਸੁਣਦੇ ਨੇ, ਮੈਨੂੰ ਇੱਕ ਵਾਰ ਦੱਸੇ ਕੋਈ, ਇੱਕ ਵਾਰ ਦੱਸੇ ਵੀ ਸੱਚ ਨਾਲ ਲੱਖਾਂ ਕਦੋਂ ਰਹੇ ਨੇ ਤੇ ਮੈਂ ਸਿਰ ਝੁਕਾ ਦਊਂ ਉਸ ਸੱਚੇ ਅੱਗੇ। ਜਿਹੜਾ ਸੱਚਾ ਹੈ ਉਹਦੇ ਨਾਲ ਕੋਈ ਨਹੀਂ ਜੇ ਹੁੰਦਾ। ਜਿਸ ਦਿਨ ਸੱਚਾ
ਤਤੀ ਤਵੀ ਤੇ ਗੁਰੂ ਅਰਜਨ ਪਾਤਸ਼ਾਹ ਬਹਿਣ ਲੱਗਾ ਨਾ ਜਿਸ ਦਿਨ ਸੱਚਾ ਨਾਲ ਪੰਜ ਜਾਣੇ ਸੀ ਪੰਜ ਜਾਣੇ ਤੇ ਜਦੋਂ ਝੂਠ ਸੱਚੇ ਨੂੰ ਤਤੀ ਤਵੀ ਤੇ ਬਿਠਾਉਣ ਲੱਗਾ ਉਹਦੇ ਨਾਲ ਹਜ਼ਾਰਾਂ ਨੇ ਚੰਦੂ ਦੁਸ਼ਟ ਦੇ ਨਾਲ ਜਦੋਂ ਸੱਚਾ ਚਾਂਦਨੀ ਚੌਂਕ ਬਹਿ ਕੇ ਗੁਰੂ ਤੇਗ ਬਹਾਦਰ ਬਣ ਕੇ ਸ਼ਹੀਦ ਹੋਣ ਲੱਗਾ ਹੈ ਤੇ ਨਾਲ ਉਂਗਲਾਂ ਤੇ ਗਿਣੇ ਜਾਣ ਵਾਲੇ ਕੋਈ ਤਿੰਨ ਚਾਰ ਪੰਜ ਸਿੰਘ ਨੇ ਸਿੱਖ ਨੇ ਹੋਰ ਕੋਈ ਨਹੀਂ ਹੈ ਔਰੰਗਜ਼ੇਬ ਦੇ ਨਾਲ ਲੱਖਾਂ ਨੇ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਸੱਚ ਨਾਲ ਲੱਖਾਂ ਹੋਏ ਕਦੋਂ ਨੇ ਤੇ ਫਿਰ ਜਾਂ ਕਹਿ ਦਿਓ ਵੀ ਚੰਦੂ ਸੱਚਾ ਹੈ ਗੁਰੂ ਪਾਤਸ਼ਾਹ ਝੂਠੇ ਸਨ ਗੁਰੂ ਅਰਜਨ ਸਾਹਿਬ ਨੂੰ ਝੂਠਾ ਕਹਿ ਦਿਓ ਫਿਰ ਕਿਉਂਕਿ ਉਹਦੇ ਨਾਲ ਲੱਖਾਂ ਨੇ ਕਹਿ ਦਿਓ ਔਰੰਗਜ਼ੇਬ ਨੂੰ ਸੱਚਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਤੇ ਪੰਜ ਹੀ ਨੇ ਤੇ ਜਿਸ ਦਿਨ ਮੇਰੇ ਕਲਗੀਆਂ ਵਾਲੇ ਮਾਹੀ ਨੂੰ ਘੇਰਾ ਪਿਆ ਏ ਗੁਰ ਸਿੰਹ ਚੇਕਾਰੇ ਕੋ ਨਦ ਚਿਹਲ ਨਰ ਕੇ ਦਹ ਲੱਕ ਬਰਾਇਦ ਬਰੋ ਬੇਖਬਰ ਦਸ ਲੱਖ ਦਾ ਘੇਰਾ ਤੇ ਕਲਗੀ ਤਰ ਤੇਰੇ ਵਰਗਾ ਸੱਚਾ ਕੌਣ ਹੈ ਕਿਉਂਕਿ ਦਵੈਤੇ ਏਕ ਰੂਪ ਹੋਇਆ ਗਯੋ ਖੁਦ ਖੁਦਾ ਜੋ ਸੱਚ ਹੈ ਤੂੰ ਉਹਦਾ ਜਾਮਾ ਹੈ ਉਹਦਾ ਸਰੀਰ ਹੈ ਤੂੰ ਤਿਰਨੋਂ ਸੱਚਾ ਕੌਣ ਹੈ ਪਰ ਮੁਸ਼ਕਿਲ ਇਸ ਗੱਲ ਦੀ ਹੈ ਭਾਵੇਂ ਤੂੰ ਰੱਬ ਦਾ ਜਾਮਾ ਸੀ ਤੂੰ ਸੱਚ ਦੀ ਆਵਾਜ਼ ਬੁਲੰਦ ਕੀਤੀ ਤੇਰੇ ਨਾਲ ਚਾਲੀ ਰਹਿ ਗਏ ਤੇ ਔਰੰਗਜ਼ੇਬ ਨਾਲ ਦਸ ਲੱਖ ਹੋ ਗਏ ਕੀ ਔਰੰਗਜ਼ੇਬ ਨੂੰ ਸੱਚਾ ਕਹਿ ਦੇਵਾਂ ਸਾਨੂੰ ਵੀ ਲੱਖਾਂ ਸੁਣਦੇ ਨੇ ਸਾਡੇ ਵੱਲ ਸਾਰੀ ਸੰਗਤ ਹੈਰਾਨ ਰਹਿ ਜਾਂਦਾ ਹੈ ਸੱਚ ਨੂੰ ਲੱਖਾਂ ਸੁਣਨ ਵਾਲੇ ਨਾ ਹੋਏ ਤੇ ਨਾ ਹੋਣਗੇ ਇਹ ਠੀਕ ਹੈ ਵੀ ਝੂਠ ਦੇ ਨਾਲ ਬੜੀਆਂ ਬੜੀਆਂ ਭੀੜਾਂ ਹੁੰਦੀਆਂ ਨੇ ਬੜੀਆਂ ਰੌਣਕਾਂ ਹੁੰਦੀਆਂ ਨੇ ਪਰ ਯਾਦ ਰੱਖਿਓ ਦਸ ਲੱਖ ਫੌਜ ਵਾਲਾ ਔਰੰਗਜ਼ੇਬ ਕਲਗੀਧਰ ਕਹਿੰਦੇ ਸੀ ਕਿ ਊਰਾ ਗਰੂਰਸਤ ਬਾ ਮੁਲਕ ਮਾਲ ਤੈਨੂੰ ਮਾਣ ਹੈ ਲੱਖਾਂ ਤੇ ਵੀ ਤੇਰੇ ਨਾਲ ਲੱਖਾਂ ਨੇ ਯਾਦ ਰੱਖੀ ਮੇਰੇ ਨਾਲ ਭਾਵੇਂ ਚਾਲੀ ਨੇ ਮੈਂ ਸੱਚਾ ਹਾਂ ਤੇ ਮੇਰੇ ਨਾਲ ਖੁਦ ਖੁਦਾ ਗੁਰੂ ਨਾਨਕ ਨਿਰੰਕਾਰੀ ਨੇ ਤੇ ਜਿਹਦੇ ਵੱਲ ਬਾਬਾ ਨਾਨਕ ਹੋ ਜਾਵੇ ਭਾਵੇਂ ਉਹਨੂੰ ਦਸ ਲੱਖ ਦਾ ਘੇਰਾ ਪੈ ਜਾਵੇ ਉਹ ਚੀਥੜੇ ਉਡਾਵਾਂਗਾ ਜਿਵੇਂ ਸ਼ੇਰ ਮ੍ਰਿਗਾਂ ਦੀਆਂ ਡਾਰਾਂ ਦੇ ਉਡਾੜਾ ਸੁੱਟਦਾ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ਿੰਦ ਯੋ ਐਸ਼ ਅਰਸ਼ ਖੁਦਾ ਮੇਰੇ ਵੱਲ ਹੈ ਤੈਨੂੰ ਗਰੂਰ ਲੱਖਾਂ ਫੌਜਾਂ ਤੇ ਐ ਸੱਚ ਕਦੇ ਹਰਦਾ ਨਹੀਂ ਹੈ ਔਰੰਗਜ਼ੇਬ ਸੱਚ ਹੁੰਦਾ ਥੋੜਾ ਹੈ ਚੰਗਿਆੜਾ ਇੱਕ ਹੀ ਬੜਾ ਹੈ ਲੱਖਾਂ ਟਨ ਰੂਹ ਨੂੰ ਸਾੜਨ ਦੇ ਲਈ ਤੀਲੀ ਇੱਕ ਹੀ ਬੜੀ ਹੈ ਲੱਖਾਂ ਲੱਕੜਾਂ ਨੂੰ ਸਵਾਹ ਕਰਨ ਦੇ ਲਈ ਜ਼ਹਿਰ ਦਾ ਕਿਣਕਾ ਇੱਕ ਹੀ ਬੜਾ ਹੈ ਭਾਵੇਂ ਪੰਜ ਸੱਤ ਕਿਲੋ ਦੀ ਤੇਰੀ ਖੁਰਾਕ ਹੋਵੇ ਇੱਕ ਕਿਣਕਾ ਜ਼ਹਿਰ ਦਾ ਹੋਵੇ ਤੇ ਮਲੀਆ ਮੇਟ ਕਰ ਦਿੰਦਾ ਹੈ ਔਰੰਗਜ਼ੇਬ ਤੂੰ ਲੱਖਾਂ ਵਾਲਾ ਏ ਤੇਰੇ ਵੱਲ ਖੁਦਾ ਨਹੀਂ ਹੈ ਤੇ ਜਿਹਦੇ ਵੱਲ ਖੁਦਾ ਏ ਉਹ ਕੱਖਾਂ ਵਾਲੇ ਵੀ ਲੱਖਾਂ ਤੋਂ ਅੱਗੇ ਚਲੇ ਜਾਂਦੇ ਨੇ ਇੱਕ ਮਾਮੂਲੀ ਦੇਸ਼ ਦਾ ਰਾਜਾ ਏ ਤੇ ਜਿਹਦੇ ਵੱਲ ਖੁਦਾ ਹੋਵੇ ਨਾ ਭੀੜ ਦੀ ਇੱਥੇ ਗੱਲ ਨਹੀਂ ਹੈ ਭੀੜ ਝੂਠ ਨਾ ਹੀ ਹੈ ਸੱਚ ਨਾਲ ਤੇ ਰੱਬ ਹੀ ਹੁੰਦਾ ਹੈ ਤੇ ਕਹਿੰਦੇ ਜਿਹਦੇ ਵੱਲ ਰੱਬ ਹੁੰਦਾ ਹੈ ਨਾ ਸਾਜੋ ਨਾ ਮੇਰੇ ਕੋਲ ਕੋਈ ਸਾਜੋ ਸਮਾਨ ਹੈ ਜੰਗ ਦਾ ਨਾ ਬਾਜੋ ਬਾਬਾ ਜਰਨੈਲ ਸਿੰਘ ਨਾਲ ਕਿੰਨੇ ਨੇ 219 ਵੀ ਸਿੰਘ ਨੇ ਘੇਰਾ ਕਿੰਨੇ ਦਾ 1.5 ਲੱਖ ਦਾ ਮੈਂ ਤੇ ਅੱਜ ਤੱਕ ਸਮਝਦਾ ਸੀ ਵੀ 20ਵੀਂ ਸਦੀ ਚ ਬਾਬੇ ਜਰਨੈਲ ਸਿੰਘ ਵਰਗਾ ਕੋਈ ਸੱਚਾ ਹੋਇਆ ਨਹੀਂ ਹੁਣ ਜੇ ਪਤਾ ਲੱਗਾ ਵੀ ਹੋਰ ਵੀ ਕਈ ਬੈਠੇ ਨੇ ਸਟੇਜ ਤੇ ਉਹ ਕਹਿੰਦੇ ਵੀ ਅਸੀਂ ਸੱਚੇ ਹਾਂ ਹੋਰ ਸਾਰੇ ਝੂਠੇ ਨੇ ਨਾਲੇ ਫੈਸਲਾ ਸੱਚ ਝੂਠ ਦਾ ਮੈਂ ਨਹੀਂ ਕਰ ਸਕਦਾ ਸਟੇਜ ਤੇ ਬਹਿ ਕੇ ਮੈਂ ਨਹੀਂ ਕਰ ਸਕਦਾ ਇਹ ਸੰਗਤ ਕਰੇਗੀ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਯਾਦ ਰੱਖਿਓ ਭਾਵੇਂ ਕੋਈ ਲੱਖਾਂ ਵਾਲਾ ਹੈ ਜਿਹਨੇ ਬਾਣੀ ਬਾਣੇ ਤੇ ਤਰਕ ਕੀਤਾ ਉਹ ਕੱਖਾਂ ਵਿੱਚ ਰੁਲ ਗਿਆ ਹੈ ਤੇ ਜਿਹੜਾ ਕੱਖਾਂ ਵਾਲਾ ਹੈ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਖੁਦਾ ਵੰਦ ਬਖਸ਼ਿੰਦ ਯੋ ਐਸ਼ ਅਰਸ਼ ਅਰਸ਼ਾਂ ਤੇ ਫਰਸ਼ਾਂ ਦੇ ਬਾਦਸ਼ਾਹ ਬਣਾ ਦਿੰਦਾ ਹੈ ਕਲਗੀਧਰ ਉਹਨਾਂ ਨੂੰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕੇਵਲ ਲਿਬਾਸ ਵੇਖ ਕੇ ਧੋਖਾ ਖਾ ਜਾਣਾ ਨਾ ਸੂਰਬੀਰ ਬਚਨ ਕੇ ਬਲੀ ਸੰਤ ਦੇ ਲੱਛਣ ਨੇ ਸੰਤੋ ਹੈ ਸੂਰਮਾ ਉਹ ਹੈ ਮਹਾਂਪੁਰਸ਼ ਉਹ ਹੈ ਜਿਹਨੇ ਗਿਆਨ ਦੀ ਖੜਗ ਨਾਲ ਪੰਜ ਵਿਕਾਰਾਂ ਨੂੰ ਢਾਇਆ ਅਸਲ ਸੂਰਬੀਰ ਉਹ ਹੈ ਜਿਹੜਾ ਬਚਨ ਦਾ ਪੱਕਾ ਹੈ ਕਲਗੀਧਰ ਨੇ ਆਖਿਆ ਸੀ ਕਲਗੀਧਰ ਕਹਿੰਦੇ ਗੱਲ ਸੁਣ ਔਰੰਗਜ਼ੇਬ ਤੂੰ ਮਰਦ ਨਹੀਂ ਹੈ ਲੱਖਾਂ ਫੌਜਾਂ ਨੇ ਤੇਰੇ ਕੋਲ ਤੂੰ ਮਰਦ ਨਹੀਂ ਹੈ ਕਿਉਂਕਿ ਜਿਹੜੇ ਮਰਦ ਹੁੰਦੇ ਨੇ ਨਾ ਜਿਹੜਾ ਬਚਨ ਕਰਦੇ ਨੇ ਉਹ ਪਗਾਉਂਦੇ ਜ਼ਰੂਰ ਨੇ ਤੇ ਮੇਰੇ ਵਰਗੇ ਜਦੋਂ ਕੌਮ ਤੇ ਭੀੜ ਪੈਂਦੀ ਅਰਦਾਸ
ਅੱਧਾ ਘੰਟਾ ਲੰਮੀ ਖਿੱਚਦੇ ਨੇ ਵੀ ਬੜਾ ਬੁਲਾਰਾ ਹੈ, ਤੇ ਜਦੋਂ ਮੋਰਚੇ ਲੱਗਦੇ ਨੇ ਤੇ ਰਾਹ ਲੱਭੀਦਾ ਵੀ ਕਹਿੰਦੀ ਨਿਕਲੇ ਹੋਣਗੇ, ਲੱਭੇ ਨਹੀਂ ਉਦੋਂ ਦੇ ਲਿਬਾਸ ਪਾਏ ਹੋਏ ਨੇ, ਤੇ ਗਿੱਦੜਾਂ ਨੂੰ ਜਿੰਨੇ ਚਾਹੇ ਲਿਬਾਸ ਛਾੜ ਚੜਾ ਦੇ, ਉਹ ਸ਼ੇਰ ਨਹੀਂ ਬਣ ਸਕਦੇ। ਸ਼ੇਰ ਇੱਥੋਂ ਬਣਿਆ ਜਾਂਦਾ ਹੈ, ਸੰਤ ਇੱਥੇ ਅਵਸਥਾ ਅੰਦਰ ਹੈ, ਇਕੱਲੀ ਲਿਬਾਸ ਦੀ ਖੇਡ ਨਹੀਂ ਹੈ। ਬਾਬਾ ਜਰਨੈਲ ਸਿੰਘ ਵਰਗੀ ਤਕਰੀਰ ਕਰਨੀ ਔਖੀ ਨਹੀਂ ਹੈ। ਗੱਲ ਇਹ ਹੈ ਵੀ ਜਿੱਦਾਂ ਉਹਦੀ ਜ਼ਬਾਨ 'ਤੇ ਗੁਰੂ ਨਾਨਕ ਨਿਰੰਕਾਰੀ ਦਾ ਪ੍ਰਭ ਜੀ ਵਸੈ, ਸਾਧਕੀ ਰਸਨਾ ਵਾਸਾ ਹੈ, ਗੱਲ ਇਹ ਔਖੀ ਹੈ। ਅਤੇ ਜਿਨ੍ਹਾਂ ਦੀ ਜ਼ਬਾਨ 'ਤੇ ਰੱਬ ਬਹਿ ਜਾਵੇ ਉਹ ਆਪ ਨਹੀਂ ਭੱਜਦੇ, ਉਹਨਾਂ ਦੀ ਜ਼ੁਬਾਨ ਦੇ ਇੱਕ ਇੱਕ ਬੋਲ 'ਤੇ ਲੱਖਾਂ ਸਿਰ ਦੇਣ ਵਾਲੇ ਵੀ ਉੱਠ ਪੈਂਦੇ ਨੇ। ਇੱਥੇ ਜਿਹੜੇ ਆਪ ਸਿਰ ਦੇਣ ਜੋਗੇ ਨਹੀਂ, ਅਸੀਂ ਕਹਿ ਦਿੰਦੇ ਜੀ ਆਹ ਹਾ ਇਹ ਆਗੂ ਸਾਡੀ ਕੌਮ ਦੇ, ਬੜੇ ਬਣਾ ਬਣਾ ਵੇਖੇ ਨੇ ਅਸੀਂ, ਬੁਲਾਰੇ ਬੜੇ ਨੇ। ਮੈਂ ਬੜਾ ਗਰਮ ਬੋਲ ਲੈਂਦਾ ਪਰ ਰੱਬ ਦਾ ਵਾਸਤਾ ਜੇ ਭੁਲੇਖਾ ਨਾ ਖਾ ਜਾਓ ਵੀ ਸ਼ਾਇਦ ਬਾਬੇ ਜਰਨੈਲ ਸਿੰਘ ਵਾਲੀ ਖੇਡ ਹੈ, ਉਹ ਬੁਲੰਦੀਆਂ ਬਹੁਤ ਉੱਚੀਆਂ ਨੇ। ਗਰਮ ਗੱਲਾਂ ਕਰਨੀਆਂ ਔਖੀਆਂ ਨਹੀਂ, ਉੱਚੀ ਅਵਸਥਾ ਦੀਆਂ ਸੰਤਾਂ ਵਾਲੀਆਂ ਗੱਲਾਂ ਕਰਨੀਆਂ ਸਟੇਜ 'ਤੇ ਔਖੀਆਂ ਨਹੀਂ। ਰੱਬ ਦਾ ਵਾਸਤਾ ਜੇ ਜਿੱਡੀ ਮਰਜ਼ੀ ਤਕਰੀਰ ਜਾਣਦੇ ਹੋ, ਜਿੱਡਾ ਮਰਜ਼ੀ ਤੁਹਾਡਾ ਉੱਚਾ ਸੁੱਚਾ ਜੀਵਨ ਹੈ, ਸਾਧੂਆਂ ਦੇ ਜੀਵਨ ਦਾ ਚਾਨਣਾ ਸੰਗਤ ਵਿੱਚ ਖਲਾਰੋ, ਕੇਵਲ ਇਸ ਕਾਰਨ ਵੀ ਸਾਨੂੰ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ 'ਚੋਂ ਕਿਣਕਾ ਮਿਲੇ ਅਤੇ ਸਾਡਾ ਜੀਵਨ ਸਫਲਾ ਹੋ ਸਕੇ। ਇਹ ਨਹੀਂ ਸਮਝਣਾ ਚਾਹੀਦਾ ਵੀ ਗੱਲ ਕਰਨੀ ਆ ਗਈ ਅਤੇ ਬਾਬਾ ਜਰਨੈਲ ਸਿੰਘ ਹੀ ਬਣ ਗਿਆ ਮੈਂ ਹੁਣ। ਥੋੜ੍ਹਾ ਜਿਹਾ ਖਿਆਲ ਰੱਖਿਓ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਦਾ ਸੰਤੋ ਹੈ, ਜੋ ਜ਼ਬਾਨ 'ਤੇ ਹੈ ਮਨ ਸਾਚਾ ਮੁਖ ਸਾਚਾ ਸੋਏ। ਔਰੰਗਜ਼ੇਬ ਕਹਿੰਦੇ ਹਾਮੂ ਮਰਦ ਬਾਸ਼ਦ ਸ਼ਬਦ ਸੁਖਨਵਰ ਨਾ ਸ਼ਿਕਮੇ ਦੇ ਗਰ ਦਰ ਦਾ ਹਾਨੇ ਦਿਗਰੋ। ਮਰਦ ਨਹੀਂ ਹੈ ਜਿਹਦੇ ਢਿੱਡ ਵਿੱਚ ਕੁਝ ਹੋਰ ਤੇ ਜ਼ਬਾਨ 'ਤੇ ਕੁਝ ਹੋਰ, ਵਾਅਦੇ ਕੋਈ ਹੋਰ ਕਰੇ, ਵਾਅਦੇ ਕੋਈ ਹੋਰ ਕਰੇ ਤੇ ਨਿਭਾਵੇ ਇੱਕ ਵੀ ਨਾ। ਸੰਤ ਨੇ ਜੋ ਬਚਨ ਕਹਿ ਦਿੱਤਾ ਹੈ ਵੱਡਿਆ ਤੇ ਜਾ ਸਕਦਾ ਹੈ, ਪਰ ਉਹਦੇ ਬਚਨ ਨੂੰ ਕੋਈ ਕੱਟਣ ਵਾਲਾ ਨਹੀਂ ਹੈ। ਸੂਰਬੀਰ ਬਚਨ ਕੇ ਬਲੀ, ਉਹ ਹੁੰਦਾ ਹੈ ਸੰਤ, ਉਹ ਹੁੰਦਾ ਹੈ ਮਹਾਂਪੁਰਸ਼। ਮਨ ਸਾਚਾ ਮੁਖ ਸਾਚਾ ਸੋਏ, ਜੋ ਜ਼ੁਬਾਨ 'ਤੇ ਹੈ ਉਹੀ ਅੰਦਰ ਹੋਵੇ, ਜੈਸਾ ਅੰਦਰ ਜੀਵਨ ਹੈ ਵੈਸਾ ਹੀ ਬਾਹਰ ਹੋਵੇ। ਇਹ ਲਿਬਾਸ ਇਹ ਬਾਣਾ ਬੜਾ ਕੀਮਤੀ ਹੈ, ਬੜਾ ਅਦਬ ਕਲਗੀਧਰ ਪਾਤਸ਼ਾਹ ਵੱਲੋਂ ਸਾਨੂੰ ਮਿਲਿਆ, ਇਹਨਾਂ ਬਾਣਾ ਬਖਸ਼ਿਆ ਹੈ। ਬਾਬਾ ਬੰਤਾ ਸਿੰਘ ਜੀ ਦੀ ਕਥਾ ਸ਼੍ਰਵਣ ਕਰਨ ਲਈ ਆਪ ਜੀ ਸਾਡੇ ਫੇਸਬੁੱਕ ਪੇਜ ਸਿੱਖਲੋ ਜੀ ਕਥਾ ਕੀਰਤਨ ਅਪਡੇਟਸ ਨੂੰ ਲਾਈਕ ਕਰਕੇ ਫੋਲੋਇੰਗ 'ਤੇ ਬਟਨ ਦਬਾ ਕੇ ਸੀ ਫਸਟ 'ਤੇ ਕਲਿੱਕ ਕਰੋ, ਅਤੇ ਆਪ ਜੀ ਸਾਡੇ ਯੂਟਿਊਬ ਚੈਨਲ ਸਿੱਖਲੋ ਜੀ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕੋਨ ਜ਼ਰੂਰ ਦਬਾਓ ਜੀ।